ਸਾਡੇ ਨਾਲ ਨੇ ਵੀ ਜਿਹੜੇ ਨੈਸ਼ਨਲ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਨੇ, ਹਲਕਾ ਗੜਸ਼ੰਕਰ ਤੋਂ ਕਾਂਗਰਸ ਦੇ ਕੈਂਡੀਡੇਟ ਨੇ, ਗੱਲਬਾਤ ਕਰਾਂਗੇ ਲਾਲੀ ਜੀ ਨਾਲ। ਲਾਲੀ ਜੀ, ਤੁਹਾਡਾ ਗਰਾਊਂਡ ਰਿਪੋਰਟ 27 ਪ੍ਰੋਗਰਾਮ ਸਵਾਗਤ ਹੈ, ਅਤੇ ਤੁਸੀਂ ਆਏ ਹੋ ਇਲੈਕਸ਼ਨ ਦੇ ਵਿੱਚ, ਫਸਟ ਟਾਈਮ ਆਏ ਹੋ, ਅਤੇ ਹੋਰ ਯੂ ਫੀਲ ਅਬਾਊਟ ਦੈਟ? ਵਧੀਆ ਜੀ, ਪਹਿਲਾਂ ਤਾਂ ਥੈਂਕਫੁਲ ਹਾਂ ਪਾਰਟੀ ਦਾ ਕਿ ਨੈਸ਼ਨਲ ਪਾਰਟੀ ਨੇ ਐਡਾ ਵੱਡਾ ਮਾਣ ਮੈਨੂੰ ਆਮ ਅਤੇ ਸਧਾਰਨ ਪਰਿਵਾਰ ਦੇ ਨੌਜਵਾਨ ਨੂੰ ਦਿੱਤਾ ਆ MLA ਕੰਟੈਸਟ ਕਰਨ ਦਾ। ਔਰ ਜਿਹੜੀ ਰਾਹੁਲ ਜੀ ਦੀ ਸੋਚ ਸੀ ਕਿ ਮੈਂ ਨੌਨ ਪੋਲੀਟੀਕਲ ਫੈਮਿਲੀਜ਼ ਦੇ ਯੰਗਸਟਰਸ ਨੂੰ ਪੋਲੀਟਿਕਸ 'ਚ ਅੱਗੇ ਲੈ ਕੇ ਆਉਣਾ, ਅੱਜ ਉਹਨਾਂ ਦੀ ਸੋਚ ਦੇ ਉੱਤੇ ਚੱਲਦੇ ਹੀ ਕਾਂਗਰਸ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਭੇਜਿਆ। ਗੱਲ ਕਰੀਏ ਇਲੈਕਸ਼ਨ ਦੀ, ਅੱਗੇ ਇਲੈਕਸ਼ਨ ਹੁੰਦਾ ਸੀ ਟੂ ਪਾਰਟੀ, ਮਤਲਬ ਪੰਜਾਬ 'ਚ ਤਕਰੀਬਨ ਤੁਹਾਡਾ ਵੀ ਇੱਥੇ ਫਾਈਟ ਜਿਹੜੀ ਹੁੰਦੀ ਸੀ ਵੀ BJP ਅਕਾਲੀ ਦਲ ਨੂੰ ਕਾਂਗਰਸ ਨੇ ਹੁੰਦੀ ਸੀ, ਹੁਣ ਹੋ ਗਿਆ 5-1 ਮੁਕਾਬਲਾ ਜੀ, ਇਹਨੂੰ ਕਿਸ ਤਰ੍ਹਾਂ ਲੈਂਦੇ ਹੋ ਜੀ? ਦੇਖੋ, ਆਮ ਆਦਮੀ ਪਾਰਟੀ ਆ ਗਈ ਵਿੱਚ, ਅਕਾਲੀ ਦਲ BJP 2 ਫਾੜ ਹੋ ਗਏ ਅਤੇ ਸੰਯੁਕਤ ਕਿਸਾਨ ਮੋਰਚਾ ਆ ਗਿਆ। ਸੋ ਵੈਸੇ ਮੈਂ ਤਾਂ ਇਸ ਚੀਜ਼ ਨੂੰ ਪੋਜ਼ਿਟਿਵ ਮੰਨਦਾ ਭਾਈ, ਜਿਸ ਦਾ ਜਿਹੜੀਆਂ ਵੀ ਪਾਰਟੀਜ਼ ਹੈਗੀਆਂ, ਚਾਹੇ ਸੰਯੁਕਤ ਕਿਸਾਨ ਮੋਰਚਾ ਵੀ ਅੱਗੇ ਆਇਆ, ਜਿਨ੍ਹਾਂ ਦੀਆਂ ਆਪਣੀਆਂ ਫੀਲਿੰਗਸ ਹੈਗੀਆਂ ਵੀ ਅਸੀਂ ਕੋਈ ਬਦਲਾਅ ਕਰਨਾ ਚਾਹੁੰਦੇ। ਸੋ ਇਹ 'ਚ ਕੋਈ ਬੁਰਾ ਨਹੀਂ ਕਿ ਹਰ ਕੋਈ ਕੰਟੈਸਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਅਤੇ ਬਾਕੀ ਇਹ ਆ ਜਿਹੜੀਆਂ ਰਵਾਇਤੀ ਪਾਰਟੀਆਂ ਹੈਗੀਆਂ ਪੁਰਾਣੀਆਂ, ਕਾਂਗਰਸ ਸਭ ਤੋਂ ਪੁਰਾਣੀ ਪਾਰਟੀ, ਇਹਨਾਂ ਦੇ ਵਿੱਚੋਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ ਕੰਮ ਕਰ ਰਹੀ ਆ। ਸੋ ਕਾਂਗਰਸ ਦਾ ਆਪਣਾ ਵਧੀਆ ਹੈਗਾ, ਪੰਜਾਬ ਸਰਕਾਰ ਦੇ ਵਧੀਆ ਕੰਮ ਹੈਗੇ ਆ, ਅਤੇ ਮੈਨੂੰ ਨਹੀਂ ਲੱਗਦਾ ਵੀ ਇੰਨੀਆਂ ਜ਼ਿਆਦਾ ਪਾਰਟੀਜ਼ ਆਉਣ ਨਾਲ ਕੋਈ ਫਰਕ ਪੈਂਦਾ ਕਾਂਗਰਸ ਨੂੰ। ਕਿਸ ਵਿਜ਼ਨ ਨੂੰ ਲੈ ਕੇ ਤੁਸੀਂ ਜਾ ਰਹੇ ਹੋ ਇਲੈਕਸ਼ਨ ਦੇ ਵਿੱਚ? ਵਿਜ਼ਨ ਇਹ ਆ ਜੀ ਭਈ, ਆਜ਼ਾਦੀ ਦੇ ਇੰਨੇ ਸਾਲ ਬਾਅਦ ਵੀ ਅਜੇ ਤੱਕ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਡਿਵੈਲਪਮੈਂਟ ਮੰਨ ਲੈਂਦੇ ਹਾਂ, ਚਾਹੇ ਉਹ ਨਾਲੀਆਂ ਹੋ ਗਈਆਂ, ਚਾਹੇ ਉਹ ਗਲੀਆਂ ਹੋ ਗਈਆਂ, ਚਾਹੇ ਟਰਾਂਸਫਾਰਮ ਹੋ ਗਏ, ਤਾਰਾਂ, ਮਤਲਬ ਬਿਜਲੀ ਦੇ ਕੰਮ ਹੋ ਗਏ, ਛੋਟੇ ਛੋਟੇ ਕੰਮਾਂ 'ਚ ਲੀਡਰਾਂ ਨੇ ਸਾਡੀ ਸੋਚ ਉਲਝਾ ਤੀ ਕਿ ਅਸੀਂ ਉਹਨੂੰ ਡਿਵੈਲਪਮੈਂਟ ਮੰਨ ਲੈਂਦੇ ਹਾਂ, ਜਦਕਿ ਡਿਵੈਲਪਮੈਂਟ ਹੋਣੀ ਚਾਹੀਦੀ ਆ। ਪੜ੍ਹਾਈ ਦੇ ਬੱਚਿਆਂ ਨੂੰ ਬਿਹਤਰ ਅਵਸਰ ਦੇਣ ਲਈ ਵੱਡੇ ਅਦਾਰੇ ਆਉਣੇ ਚਾਹੀਦੇ ਆ, ਇੱਥੇ ਰੁਜ਼ਗਾਰ ਦੇ ਵੱਡੇ ਸਾਧਨ ਹੋਣੇ ਚਾਹੀਦੇ ਆ, ਇੱਥੇ ਨੌਜਵਾਨਾਂ ਲਈ, ਸਾਡਾ ਏਰੀਆ ਵੈਸੇ ਫੁੱਟਬਾਲ ਦੀ ਨਰਸਰੀ ਦੇ ਤੌਰ 'ਤੇ ਜਾਣਿਆ ਜਾਂਦਾ, ਪਰ ਹੋਰ ਵੀ ਸਪੋਰਟਸ ਜਿਹੜੀਆਂ ਹੈਗੀਆਂ ਉਹਨਾਂ ਲਈ ਵੱਡਾ ਸਿਸਟਮ ਖੜਾ ਕਰਨਾ ਪਊਗਾ ਖਿਡਾਰੀਆਂ ਨੂੰ ਅੱਗੇ ਲੈ ਕੇ ਆਉਣ ਲਈ। ਸੋ ਸਰਵਪੱਖੀ ਵਿਕਾਸ ਜਿਹਨੂੰ ਕਹਿ ਦਿੰਦੇ ਹਾਂ, ਉਹ ਹੋਣਾ ਬਹੁਤ ਜ਼ਰੂਰੀ ਹੈ। ਜ਼ਿਆਦਾ ਟਾਈਮ ਪੰਜਾਬ ਦੇ ਵਿੱਚ ਜਾਂ ਕਾਂਗਰਸ ਦਾ ਰਾਜ ਰਿਹਾ ਜਾਂ ਅਕਾਲੀ ਦਲ ਦਾ ਰਿਹਾ ਜੀ, ਭਾਜਪਾ ਦਾ ਹੁਣ ਵੀ ਕਾਂਗਰਸ ਦਾ ਰਾਜ ਚੱਲ ਰਿਹਾ ਜੀ, ਅਤੇ ਇਹਨੂੰ ਕਿਸ ਤਰ੍ਹਾਂ ਲੈਂਦੇ ਹੋ ਜੀ? ਉਹੀ ਗੱਲ ਮੈਂ ਤੁਹਾਨੂੰ ਜਿਹੜੀ ਪਹਿਲਾਂ ਕਹੀ ਵੀ ਰਵਾਇਤੀ ਪਾਰਟੀਆਂ ਇਸੇ ਲਈ ਕਹਿਤਾ ਸੀ ਕਿ ਅਕਾਲੀ ਦਲ ਕਾਂਗਰਸ, ਅਕਾਲੀ ਦਲ BJP ਵਰਸਿਸ ਕਾਂਗਰਸ ਰਹੀ ਆ ਜ਼ਿਆਦਾ ਟਾਈਮ ਵਿੱਚ। ਇੱਕ ਵਾਰ BSP ਦਾ ਵੀ ਉਭਾਰ ਆਇਆ ਸੀ ਥੋੜ੍ਹੇ ਸਮੇਂ ਲਈ, ਅਤੇ ਜਿਹੜਾ ਮੇਜਰ ਕੇਡਰ ਬਣਿਆ ਹੋਇਆ ਇਹ ਦੋਨਾਂ ਪਾਰਟੀਆਂ ਦਾ ਹੀ ਆ, ਅਕਾਲੀ ਦਲ ਕਾਂਗਰਸ ਦਾ, ਆਮ ਆਦਮੀ ਪਾਰਟੀ ਵੀ ਹੁਣ ਵਿੱਚ ਆਈ ਆ, ਅਤੇ ਜਿੰਨੀਆਂ ਪਾਰਟੀਜ਼ ਆਉਣ, ਇਹ ਲੋਕਤੰਤਰ ਦੀ ਖੂਬਸੂਰਤੀ ਮੈਂ ਤਾਂ ਮੰਨਦਾ ਕਿ ਹਰ ਕਿਸੇ ਨੂੰ, ਜਿਸ ਨੂੰ ਆਪਣੀ ਆਵਾਜ਼ ਚੱਕਣ ਦਾ ਦਿਲ ਕਰਦਾ, ਜਿਸ ਕਿਸੇ ਨੂੰ ਅੱਗੇ ਆਉਣ ਦਾ ਦਿਲ ਕਰਦਾ, ਉਹਨਾਂ ਨੂੰ ਮੌਕਾ ਮਿਲ ਰਿਹਾ। ਤੁਸੀਂ ਯੰਗ ਹੋ, ਯੂਥ ਕਾਂਗਰਸ ਦੇ ਆਫਿਸ ਬੇਰਰ ਨੂੰ ਕਾਫੀ ਕੰਮ ਵੀ ਕੀਤਾ ਇਹਦੇ ਵਾਸਤੇ, ਅਤੇ ਯੂਥ ਵਾਸਤੇ ਕੋਈ ਵਿਜ਼ਨ, ਕਿਹੜਾ ਨਵਾਂ ਵਿਜ਼ਨ ਤੁਸੀਂ ਲੈ ਕੇ ਆਏ ਹੋ ਆਪਣੀ ਕੋਨਸਟੀਚੁਐਂਸੀ? ਯੰਗਸਟਰਸ, ਦੇਖੋ ਸਾਡੇ ਦੁਆਬੇ ਖਿੱਤੇ ਨੂੰ ਮੈਂ ਬਿਲੋਂਗ ਕਰਦਾ, ਤਾਂ ਮੈਂ ਤਾਂ ਖੁਦ ਆਪ ਹੀ 2007 'ਚ ਕੈਨੇਡਾ ਦੀ ਮੇਰੇ ਕੋਲ PR ਮੈਨੂੰ ਮਿਲੀ ਸੀ, ਬਟ ਮੈਂ ਕੁਇਟ ਕਰਕੇ ਉਹ PR ਛੱਡ ਕੇ ਇੱਥੇ ਪੋਲੀਟਿਕਸ ਦੇ ਵਿੱਚ ਆਉਣਾ ਚੂਜ਼ ਕੀਤਾ ਮੈਂ। ਅਤੇ ਜੇ ਬੱਚਿਆਂ ਨੂੰ ਬਿਹਤਰ ਰੁਜ਼ਗਾਰ ਦੇ ਅਵਸਰ ਇੱਥੇ ਪ੍ਰਦਾਨ ਕਰਾਂਗੇ, ਤਾਂ ਜਿਹੜੇ ਸਾਡੇ ਸਾਥੀ, ਸਾਡੇ ਭੈਣ ਭਰਾ ਜਾਂਦੇ ਆ, ਚਾਹੇ ਉਹ ਗਲਫ ਕੰਟਰੀਜ਼ 'ਚ ਜਾਂਦੇ ਆ, ਚਾਹੇ ਉਹ ਅਮੈਰੀਕਾ, ਕੈਨੇਡਾ ਜਾਂ ਯੂਰਪ 'ਚ ਜਾਂਦੇ ਆ, ਸੋ ਉਹਨਾਂ ਦਾ ਪੰਜਾਬ ਪ੍ਰਤੀ ਲਗਾਅ ਵਧੂਗਾ ਜੇ ਇੱਥੇ ਵਧੀਆ ਰੁਜ਼ਗਾਰ ਦੇ ਮੌਕੇ ਦੇਵਾਂਗੇ, ਜੇ ਸਪੋਰਟਸ ਦਾ ਵਧੀਆ ਇਨਫਰਾਸਟ੍ਰਕਚਰ ਬਣਾ ਕੇ ਦੇਵਾਂਗੇ, ਤਾਂ ਉਹ ਇੱਥੇ ਹੀ ਵਧੀਆ ਪੇ ਸਕੇਲਸ ਲੈਣਗੇ। ਅੱਜ ਸਾਡੇ ਬਹੁਤ ਪਲੇਅਰ ਵੱਖ ਵੱਖ ਇੰਡੀਆ ਦੇ ਫੁੱਟਬਾਲ ਕਲੱਬਾਂ 'ਚ ਖੇਡ ਰਹੇ ਆ, ਕਈ ਪਲੇਅਰਸ ਕਬੱਡੀ ਦੇ ਵੀ ਨਾਮੀ ਪਲੇਅਰ ਸਾਡੇ ਏਰੀਏ ਦੇ ਰਹੇ ਆ, ਮਤਲਬ ਹਰ ਪਾਸੇ ਜਿਹੜਾ ਹੈਗਾ ਯੂਥ ਨੂੰ ਫੋਕਸ ਕਰਕੇ ਇੱਕ ਸਿਸਟਮ ਡਿਵੈਲਪ ਕਰਨਾ ਪਊਗਾ। ਲਾਲੀ ਜੀ, ਜਿਹੜਾ ਵਰਤਮਾਨ ਇਲੈਕਸ਼ਨ ਚੱਲ ਰਿਹਾ ਉਹ ਇੱਕ ਅਲੱਗ ਤਰ੍ਹਾਂ ਦਾ ਨਵੇਕਲਾ ਹੈਗਾ ਕਿ ਇੱਕ ਤਾਂ ਇਲੈਕਸ਼ਨ ਕਮਿਸ਼ਨ ਦੀਆਂ ਬੜੀਆਂ ਪਾਬੰਦੀਆਂ ਲੱਗ ਗਈਆਂ COVID-19 ਨੂੰ ਲੈ ਕੇ, ਅਤੇ ਜਿਹੜਾ ਪ੍ਰਚਾਰ ਦਾ ਤਰੀਕਾ ਵੀ ਬਦਲ ਗਿਆ ਜੀ, ਅਤੇ ਹੁਣ ਤੁਸੀਂ ਇਸ ਪ੍ਰਚਾਰ ਨੂੰ ਕਿਸ ਨਜ਼ਰੀਏ ਨਾਲ ਲੈਂਦੇ ਹੋ ਜੀ? ਪ੍ਰਚਾਰ ਦਾ ਤਰੀਕਾ ਬਹੁਤ ਬਦਲਿਆ, ਕਾਫੀ ਬਦਲਿਆ, ਬਟ ਇਹ ਆ ਭਈ ਗੌਰਮੈਂਟ ਦੀਆਂ ਗਾਈਡਲਾਈਨਸ ਫੋਲੋ ਕਰਨਾ ਵੀ ਜ਼ਰੂਰੀ ਆ, ਔਰ ਕੋਵਿਡ ਚਲੋ ਪ੍ਰੋਟੋਕਾਲ ਨੂੰ ਵੀ ਫੋਲੋ ਕਰਨਾ ਜ਼ਰੂਰੀ ਆ, ਪਰ ਇਹਦੇ ਨਾਲ ਨਾਲ ਜਿਹੜੇ ਕੈਂਡੀਡੇਟਸ ਆ ਉਹਨਾਂ ਦੀ ਇਹ ਵੀ ਮਜਬੂਰੀ ਆ ਕਿ ਉਹਨਾਂ ਨੂੰ ਲੋਕਾਂ ਨਾਲ ਵੱਧ ਤੋਂ ਵੱਧ ਇੰਟਰੈਕਸ਼ਨ ਕਰਨੀ ਪੈਣੀ ਆ, ਕਿਉਂਕਿ ਪਬਲਿਕ ਚਾਹੁੰਦੀ ਆ ਕਿ ਸਾਡਾ ਕੈਂਡੀਡੇਟ ਸਾਡੇ ਵਿੱਚ ਆਵੇ। ਸੋ ਇਹਦੇ ਲਈ ਜਿਹੜੀਆਂ ਛੋਟੀਆਂ ਮੀਟਿੰਗਸ ਆ ਉਹਨਾਂ 'ਤੇ ਜ਼ਿਆਦਾ ਜ਼ੋਰ ਦੇ ਰਹੇ ਹਾਂ,
ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਟੂਲ ਆ, ਇਹਦੇ ਤੇ ਕੰਮ ਕਰ ਰਹੇ ਆ, ਔਰ ਇਸ ਦੇ ਨਾਲ ਨਾਲ ਜਿਹੜਾ ਡੋਰ ਟੂ ਡੋਰ ਕੈਂਪੇਨ ਆ ਉਹਨੂੰ ਜ਼ਿਆਦਾ ਬੂਸਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਲਾਲੀ ਮੈਂ ਪਿਛਲੇ 15-20 ਸਾਲ ਤੋਂ ਤੁਹਾਡੀ ਕੰਸਟੀਚੁਐਂਸੀ ਕਵਰ ਕਰ ਰਿਹਾ ਜੀ, ਤਕਰੀਬਨ ਖੇਡ ਮੇਲੇ ਵੀ, ਧਾਰਮਿਕ ਸਮਾਗਮ ਵੀ, ਦੂਸਰੇ ਵੀ, ਅਤੇ ਮੈਂ ਦੇਖਿਆ ਕਾਫੀ ਚੇਂਜ ਆ ਗਈ ਜੀ। ਪਹਿਲਾਂ ਇਲੈਕਸ਼ਨ ਹੁੰਦਾ ਸੀ ਬੜਾ ਸੋਬਰ ਤਰੀਕੇ ਨਾਲ ਲੜਿਆ ਜਾਂਦਾ ਸੀ, ਪਰ ਹੁਣ ਥੋੜ੍ਹਾ ਗੰਧਲਾਪਨ ਆ ਗਿਆ, ਪਰਸਨਲ ਅਟੈਕ ਹੋਣ ਲੱਗ ਪਏ, ਨਿੱਜੀ ਹਮਲੇ ਹੋਣ ਲੱਗ ਪਏ, ਇਹਨੂੰ ਕਿਸ ਤਰ੍ਹਾਂ ਲੈਂਦੇ ਹੋ ਜੀ? ਸਿਸਟਮ ਕੋਈ ਵੀ ਗੰਧਲਾ ਉਨਾ ਚਿਰ ਨਹੀਂ ਹੁੰਦਾ ਜਿੰਨਾ ਚਿਰ ਗੰਧਲਾ ਕਰਨ ਵਾਲੇ ਲੋਕ ਨਾ ਵਿੱਚ ਆ ਜਾਣ। ਸੋ ਜੇ ਰਾਜਨੀਤੀ ਦਾ ਮਿਆਰ ਗਿਰ ਰਿਹਾ ਤਾਂ ਇਹ ਚਿੰਤਾ ਦਾ ਵਿਸ਼ੇ ਆ। ਹੈਲਦੀ ਫਾਈਟ ਹੋਣੀ ਚਾਹੀਦੀ ਆ, ਉਸਾਰੂ ਸੋਚ ਹੋਣੀ ਚਾਹੀਦੀ ਆ, ਮੁੱਦਿਆਂ ਦੀ ਲੜਾਈ ਹੋਣੀ ਚਾਹੀਦੀ ਆ। ਪਰਸਨਲ ਦੂਸ਼ਣਬਾਜ਼ੀ, ਅਬਿਊਸਿਵ ਲੈਂਗੁਏਜ, ਗਲਤ ਗੱਲਾਂ, ਗਲਤ ਵੋਕੈਬਲਰੀ ਲੀਡਰ ਦੀ, ਇਹ ਲੋਕਾਂ 'ਚ ਨਹੀਂ ਹੋਣੀ ਚਾਹੀਦੀ। ਲੀਡਰਾਂ ਦੀ ਛਵੀ ਅੱਛੀ ਹੋਣੀ ਚਾਹੀਦੀ ਆ, ਤਾਂ ਹੀ ਤਾਂ ਜਿਹੜੇ ਯੰਗਸਟਰਸ ਹੈਗੇ ਉਹ ਰਾਜਨੀਤੀ ਨੂੰ ਵੀ ਗੰਧੜਾ ਸਮਝਣ ਲੱਗ ਪਏ, ਕਿਉਂਕਿ ਕੁਛ ਲੋਕਾਂ ਨੇ ਆ ਕੇ ਇਸਦਾ ਮਾਹੌਲ ਇੱਦਾਂ ਦਾ ਕਰਤਾ। ਡਰੱਗ ਨੂੰ ਲੈ ਕੇ, ਨਸ਼ਿਆਂ ਨੂੰ ਲੈ ਕੇ ਨਸ਼ਾਖੋਰੀ ਪੰਜਾਬ ਦੇ ਵਿੱਚ ਬੜੀ ਵੱਧਦੀ ਜਾ ਰਹੀ, ਅਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਲੈਂਦੇ ਹੋ? ਦੇਖੋ, ਡਰੱਗਸ ਬੜਾ ਚਿੰਤਾ ਦਾ ਵਿਸ਼ਾ ਆ। ਹਜ਼ਾਰਾਂ ਮਾਵਾਂ ਦੇ ਕੁੱਖਾਂ ਖਾਲੀ ਹੋ ਗਈਆਂ ਔਰ ਘਰਾਂ ਦੇ ਚਿਰਾਗ ਬੁੱਝ ਗਏ, ਕਈਆਂ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ, ਅਤੇ ਡਰੱਗਸ ਨੇ ਜਿੱਥੇ ਵੀ ਪੈਰ ਪਸਾਰੇ ਆ, ਜਿਸ ਮੁਲਕ 'ਚ ਵੀ, ਵਿਕਾਸਸ਼ੀਲ ਮੁਲਕ ਵੀ ਇਹਨਾਂ ਜੂਝ ਰਹੇ ਆ, ਵਿਕਸਿਤ ਮੁਲਕ ਵੀ ਇਹਨਾਂ ਨਾਲ ਜੂਝ ਰਹੇ ਆ। ਇਹ ਬੜੀ ਹੀ ਇੱਕ ਕਹਿ ਲਓ ਵੀ ਬਦਨੁਮਾ ਧੱਬਾ ਪੰਜਾਬ 'ਤੇ ਲੱਗਿਆ ਪਿਛਲੀ ਅਕਾਲੀ ਦਲ ਭਾਜਪਾ ਸਰਕਾਰ ਦੇ ਰਾਜ ਵੇਲੇ, ਅਤੇ ਉਹ ਕਲੰਕ ਨੂੰ ਧੋਣ ਦੀ ਕਾਂਗਰਸ ਨੇ ਵੀ ਬੜੀ ਕੋਸ਼ਿਸ਼ ਕੀਤੀ, ਉਹਨਾਂ ਜੂਝ ਵੀ ਰਹੇ ਆ, ਬੜੇ ਐਫਰਟਸ ਕੀਤੇ, ਐਸਟੀਐਫ ਵਗੈਰਾ ਦਾ ਗਠਨ ਕੀਤਾ, ਹੋਰ ਵੀ ਬੜੇ ਕੰਮ ਕੀਤੇ, ਅਤੇ ਉਹਦੇ ਨਾਲ ਨਾਲ ਆ ਤੁਸੀਂ ਦੇਖਿਆ ਹੁਣ ਇਹਨਾਂ ਦਾ ਇੱਕ ਸਾਬਕਾ ਮੰਤਰੀ ਪਹਿਲਾਂ ਭੱਜਿਆ ਰਿਹਾ, ਹੁਣ ਫਿਰ ਬੇਲ ਮਿਲੀ, ਬੇਲ ਰਿਜੈਕਟ ਹੋ ਗਈ, ਹੁਣ ਫਿਰ ਭੱਜਿਆ। ਇਹੋ ਜਿਹੇ ਲੋਕਾਂ ਨੇ ਸਿਸਟਮ ਪੰਜਾਬ ਦਾ ਖਰਾਬ ਕਰਤਾ ਜੀ, ਅਤੇ ਮੈਂ ਸਮਝਦਾ ਇਹਨੂੰ ਠੱਲ ਪਾਉਣੀ ਚਾਹੀਦੀ ਆ, ਸਖ਼ਤ ਕਾਨੂੰਨ ਇਹਦੇ 'ਤੇ। 2018 ਦਾ ਕੇਸ ਸੀਗਾ, 5 ਸਾਲ ਕੀਤਾ ਕੁਛ ਨਹੀਂ, ਅਤੇ ਜਦੋਂ ਇਲੈਕਸ਼ਨ ਆ ਗਿਆ ਅਤੇ ਇਹ ਜਿਹੜਾ ਹੈਗਾ ਸਾਨੂੰ ਕਰਨ ਵਾਸਤੇ, ਲੋਕਾਂ ਵੀ ਡੈਮੇਜ ਕਰਨ ਵਾਸਤੇ ਸਾਡੀ ਇਮੇਜ ਨੂੰ, ਇਸ ਕਰਕੇ ਕੀਤਾ ਗਿਆ, ਔਰ ਇਹਨੂੰ ਇਲੀਗਲ ਤਰੀਕੇ ਨਾਲ ਇਹਨੂੰ ਕੀਤਾ ਗਿਆ। 2018 ਦਾ ਬਿਲਕੁਲ ਕੇਸ ਸੀ, ਤੁਸੀਂ ਦੱਸਿਆ ਜਿੱਦਾਂ ਵੀ ਉਹਨੂੰ ਲੇਟ ਕੀਤਾ, ਉਹ ਜਿਹੜਾ ਕੇਸ 'ਚ ਢਿੱਲ ਦੇਣ ਦਾ ਖਮਿਆਜ਼ਾ ਹੀ ਹੋਇਆ, ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਕੁਰਸੀ ਗੁਆ ਕੇ ਦੇਣਾ ਪਿਆ, ਕਿਉਂਕਿ ਕਿਤੇ ਨਾ ਕਿਤੇ ਸੌਫਟ ਕਾਰਨਰ ਕੈਪਟਨ ਅਮਰਿੰਦਰ ਸਿੰਘ ਦਾ ਇਹਨਾਂ ਲੋਕਾਂ ਪ੍ਰਤੀ ਰਿਹਾ ਆ। ਔਰ ਪੰਜਾਬ ਦੇ ਸਾਰੇ ਵਿਧਾਇਕਾਂ ਨੇ, ਕਾਂਗਰਸ ਪਾਰਟੀ ਦੇ MLAs ਨੇ ਅਤੇ ਮੰਤਰੀਆਂ ਨੇ ਇਹ ਪ੍ਰੈਸ਼ਰ ਲਗਾਤਾਰ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਢਿੱਲੀ ਮੱਠੀ ਕਾਰਗੁਜ਼ਾਰੀ ਹਾਂ ਨਾ ਵਾਲੀ ਕਰਦੇ ਕਰਦੇ ਇਹਨੂੰ ਲੇਟ ਕੀਤਾ, ਤਾਂ ਅਲਟੀਮੇਟਲੀ ਫਿਰ ਉਹਨਾਂ ਨੂੰ ਚੇਂਜ ਕਰ ਦਿੱਤਾ ਗਿਆ। ਲਾਲੀ ਜੀ, ਕਰਪਸ਼ਨ ਜਿਹੜੀ ਆ ਉਹ ਇੱਕ ਦੀਮਕ ਦੀ ਤਰ੍ਹਾਂ ਸਾਡੇ ਪੰਜਾਬ ਨੂੰ ਖਾ ਰਹੀ ਹੈ, ਅਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਰਪਸ਼ਨ ਇਸ ਲਈ ਖਾਂਦੀ ਆ ਜੀ ਕਿ ਜਿਹੜੇ ਥੱਲੇ ਸਿਸਟਮ ਬਣ ਬੈਠਾ ਆ, ਇਹਦੇ ਵਿੱਚ ਮੈਨੂੰ ਲੱਗਦਾ ਇਹਨਾਂ ਦੇ ਹਿੱਸੇ ਲੋਕਾਂ ਦੇ ਤੈਅ ਹੋ ਗਏ, ਔਰ ਉਹਦੇ ਵਿੱਚ ਕਿਤੇ ਨਾ ਕਿਤੇ ਪੋਲੀਟੀਸ਼ੀਅਨਸ ਵੀ ਇਨਵੋਲਵ ਜ਼ਰੂਰ ਹੋਊਗੇ। ਇੱਥੇ ਚੰਗੀ ਸੋਚ ਵਾਲੇ ਪੋਲੀਟੀਸ਼ੀਅਨਸ ਆਉਣੇ ਚਾਹੀਦੇ ਆ, ਉਹ ਪੋਲੀਟੀਸ਼ੀਅਨਸ ਆਉਣੇ ਚਾਹੀਦੇ ਆ ਜਿਹੜੇ ਕਿਸੇ ਗੱਲੋਂ ਕਾਣੇ ਨਾ ਹੋ ਸਕਣ ਅਫਸਰਾਂ ਅੱਗੇ, ਉਹ ਪੋਲੀਟੀਸ਼ੀਅਨਸ ਆਉਣੇ ਚਾਹੀਦੇ ਜਿਹਨਾਂ ਦਾ ਆਪਣਾ ਕੋਈ ਨਿੱਜੀ ਲਾਲਚ ਨਾ ਹੋਵੇ, ਇਹੋ ਜਿਹੇ ਲੋਕ ਆ ਕੇ ਕਰਪਸ਼ਨ ਨੂੰ ਠੱਲ ਪਾ ਸਕਦੇ ਆ। ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਹੁਣ ਕਿਹਾ ਕਿ ਇਹਨਾਂ ਦਾ ਜਿਹੜਾ 2018 ਦੇ ਵਿੱਚ, ਕਹਿੰਦੇ ਜਦੋਂ ਮੈਂ ਬਾਈ ਏਅਰ ਜਾ ਰਿਹਾ ਸੀ, ਹੈਲੀਕਾਪਟਰ ਜਾ ਰਿਹਾ ਸੀ ਕਰਤਾਰਪੁਰ ਸਾਹਿਬ ਜਾ ਰਿਹਾ ਸੀਗਾ, ਅਤੇ ਉੱਥੇ ਮੈਨੂੰ ਮਾਈਨਿੰਗ ਦਿਖੀ ਅਤੇ ਮੈਂ ਫੋਟੋਆਂ ਵਗੈਰਾ ਲਿੱਤੀਆਂ, ਅਤੇ ਉਹਦੇ ਵਿੱਚ ਵਰਤਮਾਨ ਜਿਹੜੇ ਮੁੱਖ ਮੰਤਰੀ ਨੇ ਸਾਡੇ ਲਾਲੀ ਆਪਣੇ ਮਾਫ਼ ਕਰਨਾ ਚੰਨੀ ਜੀ, ਉਹ ਵੀ ਇਨਵੋਲਵ ਸੀਗੇ, ਔਰ ਹੁਣ ਵੀ ਜਿਹੜਾ ਕਿ ED ਦੀ ਰੇਡ ਉਹਨਾਂ ਦੇ ਹੋਈ ਹੈ ਜੀ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਫਿਰ ਤਾਂ ਮੈਂ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਜੀ ਖੁਦ ਕਬੂਲ ਕਰ ਰਹੇ ਆ, ਜੇ ਉਹਨਾਂ ਨੇ ਦੇਖਿਆ ਵੀ ਉਹ ਹੈਲੀਚੌਪਰ ਦੇ ਵਿੱਚ ਜਾ ਰਹੇ ਸੀ, ਉਹਨਾਂ ਨੇ ਮਾਈਨਿੰਗ ਦੇਖੀ, ਉੱਥੇ CM ਸਾਹਿਬ ਵੀ ਸੀ, ਅਤੇ ਉਸ ਲਈ ਕਿਉਂ ਨਹੀਂ ਫਿਰ ਉਹਨਾਂ ਨੇ ਰੋਕਿਆ? ਅੱਜ ਕਿਉਂ ਉਹਨਾਂ ਨੂੰ ਯਾਦ ਆਇਆ? ਇਟ ਮੀਨਸ ਹੀ ਵਾਜ਼ ਆਲਸੋ ਇਨਵੋਲਵਡ। ਸੋ ਗੱਲ ਇਹ ਆ ਵੀ ਇਹ ਤਾਂ ਖੁਦ ਹੀ ਕਬੂਲਨਾਮਾ ਕਰ ਰਹੇ ਆ ਵੀ ਇਹਨਾਂ ਨੇ ਗਲਤ ਕੰਮ ਕਰਵਾਏ ਆ। ਜੇ ਇਹਨਾਂ ਨੂੰ ਚੰਨੀ ਜੀ ਨੂੰ ਉਸਲੇ ਗਲਤੀ ਲੱਗੀ, ਉਸਲੇ ਕਾਰਵਾਈ ਕਿਉਂ ਨਹੀਂ ਕੀਤੀ? ਅੱਜ ਮੈਂ ਸਮਝਦਾ ਕਿ ਚੰਨੀ ਸਾਹਿਬ ਨੇ ਜਿਹੜੇ ਕੰਮ ਕੀਤੇ, ਪੰਜਾਬ ਸਰਕਾਰ ਨੇ ਜਿਹੜੇ ਕੰਮ ਕੀਤੇ ਆ, ਬਿਜਲੀ ਦੇ ਰੇਟ ਸਸਤੇ ਕੀਤੇ, ਪਾਣੀਆਂ ਦੇ ਬਿੱਲ ਮਾਫ਼ ਕੀਤੇ, ਪੈਟਰੋਲ ਡੀਜ਼ਲ ਦੇ ਰੇਟ ਸਸਤੇ ਕੀਤੇ, ਉਹਨਾਂ ਚੀਜ਼ਾਂ ਨੇ ਇੱਕਦਮ ਪਾਰਟੀ ਦਾ ਗ੍ਰਾਫ ਬਹੁਤ ਵਧੀਆ ਚੱਕਤਾ, ਅਤੇ ਅੱਜ ਕੈਪਟਨ ਸਾਹਿਬ ਇਨਸਿਕਿਓਰ ਹੋ ਕੇ ਦੂਸ਼ਣਬਾਜ਼ੀ ਕਰ ਰਹੇ ਆ। ਚੰਨੀ ਜੀ ਨੇ ਵੀ ਆਰੋਪ ਲਗਾਇਆ ਕਿ ਮੇਰੇ ਨਾਲ ਸਾਰੀਆਂ ਪਾਰਟੀਆਂ ਮੇਰੀ ਇਮੇਜ ਨੂੰ ਦੇਖ ਕੇ ਉਹਨੂੰ ਡੈਮੇਜ ਕਰਨ ਵਾਸਤੇ ਸਾਰੀਆਂ ਇਕੱਠੀਆਂ ਹੋ ਗਈਆਂ, ED ਦੀ ਰੇਡ ਹੋਈ, ਉਹਦੇ ਬਾਰੇ ਕੁਛ ਕਹਿਣਾ ਚਾਹੋਗੇ? ਜਿਹੜਾ 10 ਕਰੋੜ ਰੁਪਇਆ ਕੈਸ਼ ਮਿਲਿਆ ਉਹਨਾਂ ਨੇ,
ਬਿਲਕੁਲ ਜੀ, ਇਹਦੀ ਜਾਂਚ ਈਡੀ ਕਰੇ, ਪਰ ਈਡੀ ਦਾ ਬੜੇ ਦੁੱਖ ਦਾ ਕਹਿਣਾ ਪੈ ਰਿਹਾ ਵੀ ਜਿਹੜੇ ਜਿਹੜੀ ਸਟੇਟ 'ਚ ਇਲੈਕਸ਼ਨ ਹੁੰਦੀ ਈਡੀ ਉੱਥੇ ਇਲੈਕਸ਼ਨ ਤੋਂ ਪਹਿਲਾਂ ਐਕਟਿਵ ਹੁੰਦੀ ਆ, ਉਸ ਤੋਂ ਬਾਅਦ 'ਚ ਜਿੰਨੇ ਵੀ ਕੇਸ ਰਜਿਸਟਰ ਕਰਕੇ ਆਏ ਆ ਸਾਰਿਆਂ 'ਚੋਂ ਜਿੰਨੇ ਵੀ ਅਕਿਊਜ਼ਡ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਸਾਰੇ ਬਰੀ ਹੋਏ ਆ। ਸੋ ਇਸ ਲਈ ਈਡੀ ਤਾਂ ਇੱਕ ਇਹਨਾਂ ਦੀ ਕਠਪੁਤਲੀ ਬਣ ਗਈ ਆ ਮੋਦੀ ਦੀ, ਕਿ ਜਿੱਥੇ ਆਹ ਹੁਣ ਜਿਹੜਾ ਸੀਗਾ ਵੀ 70,000 ਕੁਰਸੀ ਲਾ ਦਿੱਤੀ ਅਤੇ 700 ਬੰਦੇ ਇਕੱਠੇ ਹੋਏ, ਉਸ ਜਿਹੜੀ ਬੇਇੱਜ਼ਤੀ ਦਾ ਖਮਿਆਜਾ ਭੁਗਤਣਾ ਪੈ ਰਿਹਾ ਜਿਹੜੀ ਇਹਨਾਂ ਦੀ ਬੇਇੱਜ਼ਤੀ ਹੋਈ ਆ। ਕਹਿੰਦੀ ਹੁੰਦੀ ਡਿੱਗੀ ਖੋਤੇ ਤੋਂ ਗੁੱਸਾ ਘਮਿਆਰ, ਅਤੇ ਉਹ ਗੱਲ ਪੰਜਾਬ ਸਰਕਾਰ ਨਾਲ ਹੋ ਰਹੀ ਆ। ਦੇਖੋ ਜੀ, ਗੱਲ ਇਹ ਆ ਵੀ ਇਲੈਕਸ਼ਨ ਸੰਵਿਧਾਨਿਕ ਸਭ ਨੂੰ ਹੱਕ ਹੈ, ਸਾਰਿਆਂ ਨੂੰ ਆਪਣਾ ਆਦਿ ਗੱਲ ਕਰਨ ਦਾ ਹੱਕ ਹੈਗਾ, ਆਪਣਾ ਕੰਪੇਨ 'ਚ ਜਾਣ ਦਾ ਹੱਕ ਹੈਗਾ। ਜੇ ਪ੍ਰਧਾਨ ਮੰਤਰੀ 5 ਤਰੀਕ ਨੂੰ ਆਏ, ਆਪਣੀ ਫੇਰੀ ਨੂੰ ਆਏ, ਤਾਂ ਉਹਨਾਂ ਨੂੰ ਜੇ ਰੋਕਿਆ ਗਿਆ ਅਤੇ ਉਹਦੇ 'ਚ ਉਹਨਾਂ ਨੂੰ ਵੀ ਹੱਕ ਸੀਗਾ, ਜੋ ਉਹ BJP ਵਾਲੇ ਕਹਿੰਦੇ ਨੇ, ਅਤੇ ਜਿਸ ਤਰ੍ਹਾਂ ਕਹਿੰਦੇ ਵੀ ਖਾਲੀਆਂ ਕੁਰਸੀਆਂ ਸੀਗੀਆਂ, ਅਤੇ ਮੈਂ ਕਹਿੰਦਾ ਸੀ ਇਹਨਾਂ ਨੂੰ ਪੁਲਿਸ ਦੇ ਇੰਤਜ਼ਾਮ ਇੱਦਾਂ ਦੇ ਕਰਨੇ ਚਾਹੀਦੇ ਸੀ, ਫਿਰ ਪ੍ਰਧਾਨ ਮੰਤਰੀ ਉਹ 'ਤੇ ਜਾਣ ਦੇਣਾ ਚਾਹੀਦਾ ਸੀ, ਤਾਂ ਜੋ ਉਹਨਾਂ ਦੀ ਜਿਹੜੀ ਗੱਲ ਹੈ ਸਾਰੀ ਡਿਸਕਲੋਜ਼ ਹੋ ਜਾਂਦੀ, ਪਤਾ ਲੱਗ ਜਾਂਦਾ ਵੀ ਸਾਰਿਆਂ ਨੂੰ ਕਿ ਕੁਰਸੀਆਂ ਖਾਲੀ ਸੀ, ਇਸ ਕਰਕੇ ਪ੍ਰਧਾਨ ਮੰਤਰੀ ਜਿਹੜੇ ਨਹੀਂ ਜਾਣਾ ਚਾਹੁੰਦੇ। ਗੱਲ ਇਹ ਆ ਜੀ, ਸਾਰੇ ਇੰਤਜ਼ਾਮ ਬਹੁਤ ਵਧੀਆ ਸੀਗੇ, ਸਾਰਾ ਕੁਛ ਠੀਕ ਸੀਗਾ। ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਉੱਥੇ ਪੰਡਾਲ ਖਾਲੀ ਪਿਆ, ਲੋਕ ਆਏ ਨਹੀਂ, ਇਹਨਾਂ ਨੇ ਡਰਾਮਾ ਕੀਤਾ। ਮਤਲਬ ਹੁਣ ਪੰਜਾਬ ਸਰਕਾਰ ਨੇ ਤਾਂ ਇੰਨੀ ਪੁਲਿਸ ਲਾ ਦਿੱਤੀ ਸੀ, ਜਿੰਨੀ ਉੱਥੇ ਪੁਲਿਸ ਲੱਗੀ ਹੋ ਸੀ, ਉਨੇ ਤਾਂ ਇਹਨਾਂ ਦੇ ਕਾਰਿਆਕਰਤਾ ਵੀ ਨਹੀਂ ਪਹੁੰਚੇ BJP ਵਾਲਿਆਂ ਦੇ। ਰੈਲੀ ਬੁਰੀ ਤਰ੍ਹਾਂ ਫੇਲ ਹੋਈ। ਉਸ ਤੋਂ ਬਾਅਦ ਜੇ ਬਾਏ ਰੋਡ ਜਾਣ ਦਾ ਪਲੈਨ ਸੀ, ਉਹ ਤਾਂ ਬੜੇ ਅੱਗੇ ਇਹਨਾਂ ਨੂੰ ਉੱਥੇ ਅਲਟਰਨੇਟ ਚੌਪਰ ਦਾ ਵੀ ਸੁਵਿਧਾ ਸੀਗੀ, ਸਾਰਾ ਕੁਛ ਸੀਗਾ। ਪਰ ਗੱਲ ਇਹ ਸੀ ਵੀ ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਕਰਦੇ ਆਪ ਮੁੱਦੇ ਮੂਹਟੇ ਪਏ BJP ਵਾਲੇ। ਗੱਲ ਕਰੀਏ ਅਸੀਂ, ਜਿਸ ਤਰ੍ਹਾਂ ਹੁਣ ਕੈਪਟਨ ਸਾਹਿਬ ਨੇ ਵੀ ਕਿਹਾ ਅਤੇ ਸਿੱਧੂ ਸਾਹਿਬ ਇੱਕ ਦੂਜੇ ਦੇ ਐਲੀਗੇਸ਼ਨ ਲੱਗੇ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਨੇ ਕਿਹਾ ਹੈਗਾ ਕਿ ਜਿਹੜੀਆਂ 3 ਮਹੀਨੇ ਦੇ ਵਿੱਚ ਜਿਹੜੀਆਂ ਰਿਆਇਤਾਂ ਦਿੱਤੀਆਂ ਗਈਆਂ, ਫ੍ਰੀ ਚੀਜ਼ਾਂ ਦਿੱਤੀਆਂ ਗਈਆਂ, ਸਸਤੀਆਂ ਕੀਤੀਆਂ ਗਈਆਂ, ਆਉਣ ਵਾਲੀ ਜਿਹੜੀ ਵੀ ਸਰਕਾਰ ਆਏਗੀ ਉਹਨੂੰ 50,000 ਕਰੋੜ ਰੁਪਏ ਦਾ ਇੱਕ ਗਿਫਟ ਜਿਹੜਾ ਕਰਜ਼ੇ ਦੇ ਰੂਪ ਦੇ ਵਿੱਚ ਉਹਨੂੰ ਮਿਲੇਗਾ, ਔਰ ਉਹ ਗਿਫਟ ਜਿਹੜਾ ਹੈਗਾ ਉਹ ਉਹਨੂੰ ਕਰਜ਼ਾ ਜਿਹੜਾ ਉਤਾਰਨਾ ਬੜਾ ਔਖਾ ਹੋ ਜਾਏਗਾ। ਦੇਖੋ, ਸਿੱਧੂ ਸਾਹਿਬ ਦੀ ਆਪਣੀ ਸੋਚ ਆ, CM ਸਾਹਿਬ ਦੀ ਆਪਣੀ ਸੋਚ ਆ, ਸਾਡੀ ਕੈਂਪੇਨ ਦੇ ਚੇਅਰਮੈਨ ਜਾਖੜ ਸਾਹਿਬ ਉਹਨਾਂ ਦੀ ਆਪਣੀ ਸੋਚ ਆ, ਹਰ ਕਿਸੇ ਦੀ ਆਪੋ ਆਪਣੀ ਸੋਚ ਆ, ਆਪੋ ਆਪਣੀ ਕੈਲਕੂਲੇਸ਼ਨ। ਅੱਜ ਦੇ ਦਿਨ ਦੇ ਵਿੱਚ ਜਿਹੜੇ ਫੈਸਲੇ ਕਾਂਗਰਸ ਨੇ ਲਏ ਆ, ਲੋਕ ਪੱਖੀ ਆ, ਲੋਕ ਉਹਨਾਂ ਤੋਂ ਖੁਸ਼ ਆ। ਆਉਣ ਵਾਲੇ ਸਮੇਂ 'ਚ ਉਹਦੇ ਕੀ ਹਾਲਾਤ ਬਣਨਗੇ, ਕੀ ਸਮੀਕਰਨ ਬਣਨਗੇ, ਉਸ ਵੇਲੇ ਦੀ ਸਮੇਂ ਦੀ ਸਰਕਾਰ ਨੂੰ ਟੈਕਲ ਕਰ ਲਏ। 1,00,000 ਕਰੋੜ ਰੁਪਏ ਦਾ ਪੰਜਾਬ ਸਰਕਾਰ ਦੇ ਉੱਤੇ ਲਾਇਬਿਲਿਟੀਜ਼ ਹੈਗੀਆਂ ਜੋ ਵੀ ਆ, ਅਤੇ ਹੁਣ ਹਾਲਤ ਇਹ ਹੋ ਗਈ ਆ ਵੀ ਕਰਜ਼ੇ ਦੀ ਜਿਹੜੀ ਇੰਸਟਾਲਮੈਂਟ ਦੇਣ ਵਾਸਤੇ, ਇੰਟਰਸਟ ਦੇਣ ਵਾਸਤੇ ਅੱਗੇ ਕਰਜ਼ਾ ਲੈਣਾ ਪੈ ਰਿਹਾ। ਦੇਖੋ, ਬੇਸ਼ੱਕ ਇਹ ਕਰਜ਼ਾ ਅਕਾਲੀ ਦਲ ਭਾਜਪਾ ਦੀ ਸਰਕਾਰ ਗਿਫਟ ਛੱਡ ਕੇ ਗਈ ਸੀ ਕਾਂਗਰਸ ਲਈ, ਪਰ ਕਾਂਗਰਸ ਨੇ ਕੰਗਾਲੀ ਦੇ ਹਾਲਾਤ ਦੇ ਵਿੱਚ ਪੰਜਾਬ 'ਚ ਇੰਨੀ ਡਿਵੈਲਪਮੈਂਟ ਕਰਾਈ। ਅੱਜ ਤੁਸੀਂ ਰਿਕਾਰਡ ਕਢਾ ਕੇ ਦੇਖੋ ਤਾਂ ਕਿਸੇ ਵੀ ਵਿਧਾਨ ਸਭਾ ਹਲਕੇ 'ਚ ਅੱਜ ਤੱਕ ਇਤਿਹਾਸ 'ਚ ਇੰਨੇ ਪੈਸੇ ਨਹੀਂ ਆਏ ਜਿੰਨੇ ਇਸ ਕਾਂਗਰਸ ਪਾਰਟੀ ਦੀ ਸਰਕਾਰ ਨੇ ਦਿੱਤੇ ਆ। ਸੋ ਇਸ ਲਈ ਹਾਲਾਤਾਂ ਦੇ ਵਿੱਚੋਂ ਇੱਕ ਪੋਜ਼ਿਟਿਵ ਵੇ ਲੱਭਣਾ, ਉਹਨੂੰ ਟੈਕਲ ਕਰਨ ਦਾ, ਉਹਨੂੰ ਠੀਕ ਕਰਨ ਦਾ, ਕਰਜ਼ੇ ਦੇ ਹਾਲਾਤਾਂ 'ਚੋਂ ਇੱਕ ਤਰੀਕਾ ਲੱਭਣਾ ਰਿਸੋਰਸ ਜਨਰੇਟ ਕਰਨ ਦਾ, ਔਰ ਉਹਨਾਂ ਨਾਲ ਇੰਨੇ ਵੱਡੇ ਲੈਵਲ 'ਤੇ ਡਿਵੈਲਪਮੈਂਟ ਕਰਨ ਦਾ, ਇਹ ਵੀ ਕਾਂਗਰਸ ਪਾਰਟੀ ਦੀ ਇੱਕ ਪ੍ਰਾਪਤੀ ਰਹੀ ਆ। ਜਿਹੜੀ ਪਾਰਟੀ ਨਾਲ ਤੁਹਾਡਾ ਫਾਈਟ ਹੈ ਜੀ, ਤੁਹਾਡੀ ਪੰਜਾਬ ਦੇ ਵਿੱਚ ਕਾਂਗਰਸ ਦੀ ਜਿਹੜੀ ਫਾਈਟ ਹੈ, ਕਿਉਂਕਿ ਤੁਸੀਂ ਰੂਲਿੰਗ 'ਚੋਂ ਜੀ, ਅਤੇ ਔਰ ਤੁਹਾਡੇ ਜਿਹੜੇ ਲੀਡਰ ਨੇ ਉਹ ਵੀ ਕਹਿ ਰਹੇ ਵੀ ਦੁਬਾਰ ਆ ਵੀ ਰਹੇ, ਅਤੇ ਫਾਈਟ ਤੁਹਾਡੀ ਕਿਹੜੀ ਪਾਰਟੀ ਚੱਲ ਰਹੀ? ਕਾਂਗਰਸ ਵਰਸਿਜ਼ ਆਲ, ਕਾਂਗਰਸ ਆ ਹਰ ਜਗ੍ਹਾ ਪੰਜਾਬ ਦੀ ਵਿਧਾਨ ਸਭਾ 'ਚ। ਕਾਂਗਰਸ ਵਰਸਿਜ਼ ਆਲ ਤਾਂ ਹੋ ਗਈ, 5 ਪਾਰਟੀ ਚੱਲ ਰਹੀਆਂ, ਦੂਜੇ ਨੰਬਰ ਦੀ ਪਾਰਟੀ ਕਿਹੜੀ ਹੈ ਤੁਹਾਡੇ, ਕਿਹਨੂੰ ਮੰਨ? ਦੂਜੇ ਨੰਬਰ 'ਤੇ ਬਹੁਤ ਸਾਰੇ ਹਲਕਿਆਂ 'ਚ ਆਮ ਆਦਮੀ ਪਾਰਟੀ ਨਾਲ ਮੁਕਾਬਲਾ, ਕਈ ਹਲਕਿਆਂ 'ਚ ਅਕਾਲੀ ਦਲ ਬਾਦਲ ਨਾਲ ਵੀ ਮੁਕਾਬਲਾ। ਸੋ ਇਸ ਲਈ ਮੈਂ ਕਾਂਗਰਸ ਵਰਸਿਜ਼ ਆਲ ਕਿਹਾ, ਅਤੇ ਕਿਤੇ BJP ਵਾਲੇ ਵੀ ਜੇ ਹੋਊਗੇ, ਵੈਸੇ ਤਾਂ ਪੰਜਾਬ ਦੇ ਲੋਕ ਇਹਨਾਂ ਨੂੰ ਨਹੀਂ ਮੂੰਹ ਲਾਉਣਗੇ, ਬਟ ਕਿਤੇ ਜੇ ਥੋੜ੍ਹੇ ਬਹੁਤੇ ਉਹ ਵੀ ਹੋਏ ਤਾਂ, ਮਤਲਬ ਬੇਸਿਕਲੀ ਮੇਨ ਪਾਰਟੀ ਕਾਂਗਰਸ ਆ, ਉਹਦੇ ਨਾਲ ਸਾਰੀਆਂ ਪਾਰਟੀਆਂ ਦਾ ਮੁਕਾਬਲਾ ਹੋ ਰਿਹਾ, ਕਿਤੇ ਕੋਈ ਪਾਰਟੀ ਅੱਗੇ, ਕਿਤੇ ਕੋਈ ਪਾਰਟੀ। ਵੈਸੇ 5 ਕੰਮ ਜਿਹੜੇ ਤੁਸੀਂ ਪਹਿਲ ਦੇ ਆਧਾਰ 'ਤੇ ਅਗਰ ਜਿੱਤ ਜਾਂਦੇ ਹੋ ਉਹਨੂੰ ਕਰਾਉਂਗੇ? 5 ਕੰਮਾਂ 'ਚ ਸਭ ਤੋਂ ਜ਼ਰੂਰੀ, ਆਪਾਂ ਗੜਸ਼ੰਕਰ ਸ਼ਹਿਰ 'ਚ ਬੈਠੇ ਹਾਂ, ਇੱਥੋਂ ਦੇ ਸੀਵਰੇਜ ਦੀ ਪ੍ਰੋਬਲਮ ਆ ਜੀ। 2nd, ਇੱਥੇ ਦੇ ਟ੍ਰੈਫਿਕ ਦਾ ਅਲਟਰਨੇਟਿਵ ਰੂਟ ਬਾਈਪਾਸ ਆ ਜਾਂ ਜੋ ਵੀ ਆ, ਉਹ ਕਰਨ ਦਾ ਕੰਮ ਆ। 3rd ਕੰਮ, ਇੱਥੇ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਸਪੀਤ ਦੇ ਇਲਾਕੇ ਵਿੱਚ ਦਿੱਕਤ ਆ, ਉਹ 'ਤੇ ਸੁਧਾਰ ਕਰਨ ਦੀ ਲੋੜ ਆ, ਸਿੰਚਾਈ ਵਾਲੇ ਪਾਣੀ 'ਤੇ ਬਹੁਤ ਸੁਧਾਰ ਕਰਨ ਦੀ ਲੋੜ ਆ। ਔਰ 5 ਦੀ ਜਗ੍ਹਾ ਮੈਂ 6-7 ਕਢਾਊਂਗਾ ਵੀ ਡਰੱਗਸ ਦੇ ਠੱਲ ਪਾਉਣ ਦੀ ਜ਼ਰੂਰਤ ਹੈਗੀ ਆ, ਔਰ ਇਸ ਦੇ ਨਾਲ ਨਾਲ ਚੰਗਾ ਐਡਮਿਨਿਸਟ੍ਰੇਸ਼ਨ ਲੋਕਾਂ ਨੂੰ ਦੇਣਾ, ਜਿੱਥੇ ਆਰਥਿਕ ਲੁੱਟ ਖਸੁੱਟ ਨਾ ਹੋਵੇ ਉਹ ਵੀ ਬਹੁਤ ਜ਼ਰੂਰੀ ਆ। ਗੱਲ ਵਿਕਾਸ ਦੀ ਚੱਲ ਰਹੀ ਸੀ, ਅਤੇ ਮੈਂ ਜਿਸ ਤਰ੍ਹਾਂ ਜਲੰਧਰ ਤੋਂ ਆ ਰਿਹਾ ਸੀ, ਮੈਨੂੰ ਜਲੰਧਰ ਤੋਂ
ਬੰਗਿਆਂ ਨੂੰ ਬਚਾਉਣ ਦੇ ਇੰਨਾ ਟਾਈਮ ਨਹੀਂ ਲੱਗਾ ਜਿੰਨਾ ਬੰਗੇ ਤੋਂ ਗੜ੍ਹ ਸ਼ੰਕਰ ਆਉਣ ਵਾਸਤੇ ਮੈਨੂੰ ਟਾਈਮ ਲੱਗਾ। ਰੋਡ ਦੀ ਹਾਲਤ ਇੰਨੀ ਖਸਤਾ ਸੀ। ਬਿਲਕੁਲ ਜੀ, ਸੜਕਾਂ 'ਤੇ ਕੰਮ ਹੋਣਾ ਬਹੁਤ ਜ਼ਰੂਰੀ ਆ ਕਿ ਸੜਕਾਂ ਦੀ ਰਿਪੇਅਰ ਹੋਣੀ, ਨਵੀਆਂ ਸੜਕਾਂ ਬਣਾਉਣੀਆਂ, ਸੜਕਾਂ ਦਾ ਜਾਲ ਪੂਰਾ ਬਣਾਉਣਾ, ਕਿਤੇ ਨਾ ਕਿਤੇ ਇਹ ਇਸ ਕੌਂਸਟੀਚੁਐਂਸੀ ਦੀ ਮਾੜੀ ਕਿਸਮਤ ਰਹੀ ਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਤੇ ਇੱਥੇ ਐਮ ਐਲ ਏ ਆਮ ਆਦਮੀ ਪਾਰਟੀ ਦਾ ਜਿੱਤ ਗਿਆ। ਫਿਰ ਵੀ ਕਾਂਗਰਸ ਨੇ ਕਾਫੀ ਫੰਡਸ ਭੇਜੇ ਆ, ਬਟ ਉਹ ਜਿੱਥੇ ਸਿਟਿੰਗ ਐਮ ਐਲ ਏ ਨਾ ਹੋਵੇ ਟਰੱਸਟ ਪ੍ਰੋਟੈਕਟ ਕਰਨ ਲਈ ਕੌਂਸਟੀਚੁਐਂਸੀ ਦੇ, ਉੱਥੇ ਮੁਸ਼ਕਲਾਂ ਆਉਣਗੀਆਂ, ਇਹਨਾਂ ਨੂੰ ਅੱਗੇ ਸੁਧਾਰਾਂਗੇ। ਐਨੀ ਮੈਸੇਜ ਟੂ ਵੋਟਰਸ ਪਬਲਿਕ? ਵੋਟਰਸ ਨੂੰ ਮੇਰੀ ਰਿਕੁਐਸਟ ਆ ਜੀ ਕਿ ਆਪਣੀ ਮਤ ਦਾ ਦਾਨ ਸੋਚ ਸਮਝ ਕੇ ਕਰਿਓ, ਉਸ ਪਾਰਟੀ ਨੂੰ ਕਰਿਓ ਜਿਹਨੇ ਤੁਹਾਡੇ ਲਈ ਇੰਨਾ ਕੁਛ ਕੀਤਾ, ਆ ਜਿਹੜੇ ਲੋਕ ਪੱਖੀ ਫੈਸਲੇ ਲਏ ਉਹਨਾਂ ਲਈ। ਬਾਕੀ ਇੱਕ ਪੁਰਾਣਾ ਅਤੇ ਬਿੱਟਰ ਤਜਰਬਾ ਤੁਸੀਂ ਕਰਕੇ ਦੇਖ ਲਿਆ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ, ਅਤੇ ਬਾਕੀ ਦੂਜੀਆਂ ਪਾਰਟੀਆਂ ਦੇ ਨਾਲ ਕੈਲਕੂਲੇਸ਼ਨ ਜਦੋਂ ਕਰੋਗੇ ਤਾਂ ਕਾਂਗਰਸ ਦੇ ਕੀਤੇ ਹੋਏ ਕੰਮਾਂ ਦੇ ਆਧਾਰ 'ਤੇ ਕਾਂਗਰਸ ਨੂੰ ਵੋਟ ਪਾਇਓ। ਇਹ ਸਨ ਯੂਥ ਕਾਂਗਰਸ ਦੇ ਨੈਸ਼ਨਲ ਜਨਰਲ ਸੈਕਟਰੀ ਲਾਲੀ ਜੀ, ਇਹਨਾਂ ਨਾਲ ਆਪਾਂ ਖੁੱਲ੍ਹ ਕੇ ਗੱਲਬਾਤ ਕੀਤੀ, ਖੁੱਲ੍ਹ ਕੇ ਇਹਨਾਂ ਨੇ ਵਿਭਾਗ ਇਹਨਾਂ ਨੇ ਗੱਲਬਾਤ ਕੀਤੀ, ਹਰ ਇਸ਼ੂ 'ਤੇ ਗੱਲਬਾਤ ਕੀਤੀ, ਔਰ ਯੰਗ ਨੇ ਕੈਂਡੀਡੇਟ ਨੇ ਕਾਂਗਰਸ ਦੇ। ਮੈਂ ਪ੍ਰਵੀਨ ਸ਼ਰਮਾ, ਗਰਾਊਂਡ ਰਿਪੋਰਟ 27 ਹਲਕਾ।